ओ भाई अपना ये मुशायरा बाद में कर लेना भाई, मुझे मेरे पैसे दे दो, मुझे भी जाना है। ए कौन? ए कैब वाला जीजा जी। ते मतलब इस बार रहना नहीं जान लगे? ओ नहीं जीजा जी, मैं ता रहना एने जाना वापस ता। ते जावे फिर, असी केड़ा रोके है। ओ जीजा जी असल दे विच ना एयरपोर्ट ते किसी कमीने ने मेरा पटुआ चोरी कर लिया, ते ओदे विच कैश, एटीएम कार्ड, पेटीएम कार्ड, सारा पता नहीं केड़े केड़े कार्ड सीगा, आधार कार्ड भी ओदे विच सीगा। ते जीजा जी थोड़े जे इनू पैसे दे दियो। की गल, किराए तू किश्त च कराया है? नाले जब तू हर वारी इत्थे आउणा तेरा बटुआ किवें चोरी हो जांदा है? ओ जीजा जी तुसी इसनू इतफा के समझ लियो। किन्ना होया तेरा किराया? 22,550 रुपया जीजा जी। ओए मैं तेरा किराया पुछया, इहदी गड्डी दा रेट नहीं पुछया। सुन भाई, किराया अपना 22,550 ही है। एयरपोर्ट तो इत्थों तक दा किराया 22,550? केड़े एयरपोर्ट तो आया तू? ओ जीजा जी लखनऊ दे एयरपोर्ट तो आया मैं। लखनऊ? हाँ जी। उखल पुतना जम्मी है ती काणी चंगी, ते तू काणी है। इह जा जवाक जम्मन नालों ना तेरी माँ 2 पैकेट मैगी दे ले आउंदी, घट्टो घट औखे टाइम ते कम तां आ जांदे ने। ओ जीजू जी नाले 2 मिंट च भी बन जांदे हैं। ओ तुसी सारा टब्बर कमलियां दा इत्थी इकट्ठा होना है? की करन गया सी लखनऊ तू? ओ थोड़ा कम सीगा जीजा जी। ओ जीजा जी मैं तुहानू दस्सिया तां सीगा कि एयरपोर्ट ते मेरा बटुआ चोरी हो गया, ओहदे विच ही टिकट सीगी, ਤਾਂ ਤੁਸੀਂ ਦੱਸੋ ਬਿਨਾਂ ਫਲੈਟ ਦੀ ਟਿਕਟ ਤੋਂ ਮੈਂ ਕਿੱਦਾਂ ਆਉਂਦਾ, ਇਸੇ ਕਰਕੇ ਕੈਬ ਕਰਕੇ ਆ ਗਿਆ ਇੱਥੇ। ਭਾਈ ਤਮੀਜ਼ ਸੇ ਮੇਰੇ ਵੀ ਪੈਸੇ ਦੇ ਦਿਓ, ਮੁਝੇ ਵੀ ਲਖਨਊ ਜਾਣਾ ਹੈ। ਗੋਲੂ ਮੈਂ ਤੈਨੂੰ 1 ਰੁਪਈਆ ਤੱਕ ਨਹੀਂ ਦੇਣਾ। ਜੀਜਾ ਜੀ ਤੁਸੀਂ ਮੇਰੇ ਲਈ 22,550 ਰੁਪਏ ਵੀ ਨਹੀਂ ਦੇ ਸਕਦੇ? ਅਬੇ ਓ ਇਸ ਤੋਂ ਪਹਿਲੇ ਮੈਂ ਤੁਹਾਡੀ ਮਾਂ ਕੀ ਸ਼ਾਨ ਮੇ ਕੋਈ ਗੁਸਤਾਖੀ ਕਰੂੰ, ਮੇਰੇ ਪੈਸੇ ਦਿਓ ਭਾਈ ਮੈਂ ਨਿਕਲੂੰ। ਹਾਏ ਸੁੱਖ, ਤੁਸੀਂ ਮੇਰੇ ਭਰਾ ਲਈ ਥੋੜੇ ਜਿਹੇ ਪੈਸੇ ਨਹੀਂ ਕੱਢ ਸਕਦੇ? ਉਹ ਇਹ ਕੋਈ 200-300 ਨਹੀਂ ਮੰਗ ਰਿਹਾ, ਪੂਰੇ 22,550 ਰੁਪਏ ਮੰਗ ਰਿਹਾ। ਹਾਏ ਸੁੱਖ, ਮੈਂ ਵੀ ਤੇ ਤੁਹਾਡੀ ਭੂਆ ਮਾਸੀ ਚਾਚੀ ਦੀ ਕੈਬ ਦਾ ਕਿਰਾਇਆ ਦਿੰਨੀ ਹੈ ਨਾ ਤੇ ਤੁਸੀਂ ਮੇਰੇ ਭਰਾ ਦੀ ਕੈਬ ਦਾ ਕਿਰਾਇਆ ਨਹੀਂ ਦੇ ਸਕਦੇ? ਓ ਜੀਜਾ ਜੀ ਮੈਂ ਨਾ ਤੁਹਾਡੇ ਹਰ ਵਾਰ ਦੀ ਤਰ੍ਹਾਂ ਪੈਸੇ ਵਾਪਸ ਕਰ ਦਾਂਗਾ। ਹਰ ਵਾਰ ਦੀ ਤਰ੍ਹਾਂ? ਦੇਖਿਆ ਤੁਸੀਂ, ਮੇਰਾ ਗੁੱਲੂ ਨਾ ਕਦੇ ਕਿਸੇ ਦਾ ਉਧਾਰ ਨਹੀਂ ਰੱਖਦਾ। ਓ ਪਰ ਮੇਰੇ ਕੋਲ ਕੈਸ਼ ਨਹੀਂ ਹੈਗਾ। ਮੇਰੇ ਪਾਸ ਬਾਈ ਫੋਨ ਪੇ, ਗੂਗਲ ਪੇ, ਸਾਰੇ ਪੇ ਚਲਤੇ ਆ, ਮੁਝੇ ਮੇਰੇ ਪੈਸੇ ਪੇ ਕਰੋ ਮੈਂ ਨਿਕਲੂੰ। ਮੈਂ ਇਹਨੂੰ 1 ਰੁਪਈਆ ਨਹੀਂ ਦੇਣ ਵਾਲਾ। ਦੇਖੋ ਸੁੱਖ, ਪੈਸੇ ਤਾਂ ਤੁਹਾਨੂੰ ਦੇਣੇ ਪੈਣੇ ਆ। ਪਰ ਪ੍ਰੀਤ, ਪਰ ਸਭ ਛੱਡ ਦੋ, ਜੇ ਤੁਸੀਂ ਆਪਦੀ ਵਾਈਫ ਨਾਲ ਆਪਣਾ ਫਿਊਚਰ ਦੇਖਣਾ ਚਾਹੁੰਦੇ ਹੋ ਨਾ ਤੇ ਪੇ ਕਰੋ। ਓ ਯਾਰ ਨੰਬਰ ਬੋਲ ਤੇਰਾ ਕਿੰਨਾ ਹੈ? 9876011863। ਹੁਣ ਪੈ ਬਹਿ ਕੇ ਨਿਕਲ ਜਾ। ਵੈਸੇ ਬਣਤਾ ਤੂੰ ਹੈ ਨਹੀਂ ਬਾਈ, ਫਿਰ ਵੀ ਸ਼ੁਕਰੀਆ। ਕਮਾਲ ਹੈ ਜੀਜਾ ਜੀ, ਧੰਨਵਾਦ। ਫਿਰ ਗੁੱਲੂ ਆਪਣੀ ਦੀਦੀ ਦੇ ਹੱਥ ਦਾ ਖਾਣਾ ਕਿਵੇਂ ਲੱਗਾ? ਦੀਦੀ ਤੁਹਾਡੇ ਹੱਥ ਦੇ ਵਿੱਚ ਦਾ ਜਾਦੂ ਹੈ ਜਾਦੂ, ਤੇ ਨਾਲੇ ਇੰਨੇ ਦਿਨਾਂ ਬਾਅਦ ਮੈਂ ਇੰਨਾ ਟੇਸਟੀ ਖਾਣਾ ਖਾਦਾ। ਨਾਲੇ ਮੈਂ ਤਾਂ ਚਿਕਨ ਵੀ ਬਣਾਇਆ ਸੀ, ਤੂੰ ਤਾਂ ਖਾਦਾ ਹੀ ਨਹੀਂ। ਓ ਦੀਦੀ ਜੀ ਅੱਜ ਕੱਲ ਨਾ ਮੈਂ ਡਾਈਟਿੰਗ ਤੇ ਹਾਂ। ਹਾਏ ਗੁੱਲੂ ਤੈਨੂੰ ਡਾਈਟ ਕਰਨ ਦੀ ਕੀ ਲੋੜ? ਡਾਈਟ ਤਾਂ ਤੇਰੇ ਜੀਜੂ ਨੂੰ ਕਰਨੀ ਚਾਹੀਦੀ ਹੈ, ਸਾਰਾ ਦਿਨ ਚਬਰ ਚਬਰ ਕਰਦੇ ਰਹਿੰਦੇ ਨੇ, ਮੈਂ ਤੇ ਬਥੇਰਾ ਕਹਿੰਦੀ ਹੈ, ਇੱਕ ਨਹੀਂ ਸੁਣਦੇ ਮੇਰੀ। ਤੇ ਨਾਲੇ ਜੀਜੂ ਜੀ ਹੈ ਕਿੱਥੇ ਨੇ? ਅੱਜ ਰੋਟੀ ਖਾਣ ਵੀ ਨਹੀਂ ਆਏ, ਤੇ ਮੈਂ ਸੋਚਦਾ ਸੀ ਅੱਜ ਜੀਜੂ ਨਾਲ ਸ਼ੋਪਿੰਗ ਤੇ ਜਾਵਾਂ। ਵਾਹ ਗੁੱਲੂ, ਆਹ ਤੇ ਬੜੀ ਵਧੀਆ ਗੱਲ ਹੈ, ਨਾਲੇ ਤੇਰੇ ਜੀਜਾ ਜੀ ਨਾ ਅੱਜ ਕੰਮ ਕਾਜ ਤੋਂ ਬਚ ਜਾਣਗੇ, ਸੰਡੇ ਹੈ ਨਾ ਅੱਜ। ਓ